ਸਲਾਮੁਅਲੈਕਮ ਜੀ ਚੌੜੀ ਸਾਹਿਬ। ਚੌੜੀ ਸਾਹਿਬ ਉਹ ਅੱਜ ਇੱਕ ਮੈਂ ਵੀਡੀਓ ਵੇਖੀ ਸੀ ਲਾਹੌਰ ਦੀ ਆਪਣਾ, ਤੇ ਉਹ ਕਾਲਾ ਜਿਹਾ ਸੀ ਉਰੇ ਉਹ ਨਵੀਦ ਰਾਵ ਨਾਲ, ਤੇ ਨਾਲ ਉਹ ਤਰਾ ਬਹਾਦਰ ਸੀ, ਤੇ ਕਰਦੇ ਹਨ ਤੇ ਚੌੜੀ ਸਾਹਿਬ ਜਿਹੜੇ ਨੇ ਸਿਆਲਕੋਟ ਤੋਂ ਬਾਹਰ ਹੀ ਨਹੀਂ ਨਿਕਲਦੇ, ਅਸੀਂ ਤੇ ਬੜਾ ਕਹਿੰਦੇ ਹਾਂ ਤੇ ਉਹ ਠੰਡ ਦਾ ਪਲੇਅਰ, ਤੇ ਇਹਦੇ ਬਾਰੇ ਤੁਸੀਂ ਕੀ ਆਪਣਾ ਦੱਸਣਾ ਚਾਹੋਗੇ? ਆਜ ਹਾਂਜੀ ਸਰਕਾਰ ਇੱਕ ਤੇ ਦਿਨਾ ਜਿਹੜਾ ਵੀਡੀਓ ਪੜਾਉਂਦਾ ਪਿਆ ਵੇ ਉਹਦੇ ਤੋਂ ਵੀ ਵਾਰੇ ਵਾਰੇ ਜਾਈਏ, ਤੇ ਜਿਹੜਾ ਨਵੀਦ ਹੈ ਉਹਦੇ ਤੋਂ ਵੀ ਵਾਰੇ ਵਾਰੇ ਜਾਈਏ। ਪਿਛਲੇ ਸਾਲ ਇਹਨੇ ਮੇਰੇ ਨਾਲ ਲਾਈ ਸੀ ਬਾਜ਼ੀ, ਇਹ ਜਿਹੜਾ ਬੜਾ ਕੈਰੇਕਟਰ ਗੱਲਾਂ ਕਰਦਾ ਪਿਆ ਨਾ, ਇਹਨੇ ਲਾਈ ਬਾਜ਼ੀ ਦੇ ਆਉਂਦਾ ਜੀ ਅੱਜ ਤੇ ਜਿਹੜੀ ਪਿੱਪਲਾ ਦਾ ਕਾਨੂੰਨ ਹੈ ਉਹਦੇ ਮੁਤਾਬਕ ਕਿੱਦਾਂ ਨਹੀਂ ਹੈਗੀ, ਏਡਾ ਦਲੇਰ ਸੀ ਤੇ ਜਿੱਥੇ ਲਾਹੌਰੀ ਕਾਨੂੰਨ ਦੇ ਮੁਤਾਬਕ ਕਿਉਂ ਨਹੀਂ ਡਾਂਦਾ ਪਿਆ ਹੈ, ਇਹ ਪਿੱਪਲਾ ਨਾਲ ਰਿਸ਼ਤੇਦਾਰੀ ਕਰ ਲਈ ਇਹਨੇ। ਇਹਨਾਂ ਕਾਨੂੰਨ ਜਿਹੜਾ ਲਾਹੌਰ ਸਦਨ ਤੋਂ ਇਹੋ ਜਿਹਾ ਚੱਲਦਾ ਹੁੰਦਾ ਵਾ ਜਿੱਥੇ ਬਾਦੀ ਐਂਡ ਦੀ ਮੁਕਦੀ ਤੇ ਐਵਰੇਜ ਮੁਕਦੀ, ਸਿਆਲਕੋਟ ਵੀ ਇਸ ਤਰ੍ਹਾਂ ਹੀ ਹੈ, ਪੰਜਾਬ ਦਾ ਕਾਨੂੰਨ ਸਾਰਾ ਇਸ ਤਰ੍ਹਾਂ ਚੱਲਦਾ ਪਿਆ। ਉਸ ਕਾਨੂੰਨ ਦੇ ਤਾਂ ਕਿਹਾ ਬਾਦੀ ਲਾਈ ਤਰਲੇ ਕਰ ਕਰਕੇ ਖਦਾ ਵਾਸਤੇ ਸਾਡੇ ਨਾਲ ਕਿਹਾ ਲਾ ਲਓ ਥੋੜੀ ਥੋੜੀ ਲਾ ਲਓ, ਇਹ ਛੱਡੋ ਅਸੀਂ ਨਹੀਂ ਇੰਨੀ ਲਾ ਸਕਦੇ, ਅਸੀਂ ਬਾੜੇ ਆ ਜਿੱਥੇ ਫਲਾਣ ਤੇ ਢਮਕਾਣ, ਮਾਫੀਆ ਮੰਗ ਮੰਗ ਬਾਦੀ ਲਾਈ। ਤੇ ਜਦੋਂ ਨੇੜੇ ਆਈ ਦੋ ਤਿੰਨ ਮਹੀਨੇ ਰਹਿ ਗਏ ਅਸੀਂ ਤੇ ਭਾਅ ਜੀ ਉਹ ਐਵਰੇਜ ਐਂਡ ਕਰਨੀ ਹੈ ਤੇ ਅਸੀਂ ਐਂਡ ਕਰਨੀ ਹੈ ਤੇ ਉਹ ਕਰਨੀ ਹੈ, ਇਹ ਨੱਸ ਗਏ ਬਾਦੀ ਛੱਡ ਕੇ ਨੱਸ ਗਏ।